ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮੱਚ। ਵਾਕਈ ਲੱਗਿਆ ਕਿ ਜਦੋਂ ਤੁਸੀਂ ਤੁਰਦੇ ਹੋ, ਜੋ ਤੁਹਾਡਾ ਇੱਕ ਉਹ ਲੱਗਦਾ ਵੀ ਉਸ ਸਮੇਂ ਦਾ ਕੁੱਕਰ ਸ਼ਾਇਦ ਇੰਨਾ ਹੀ ਤਾਕਤਵਰ ਹੋਣਾ ਜਿਹੜਾ ਅੱਜ ਦਾ ਕੁੱਕਰ ਸਾਡੇ ਸਾਹਮਣੇ ਬੈਠਾ। ਵਧੀਆ ਲੱਗਿਆ ਤੁਸੀਂ, ਯੂਨੋ ਮੈਨੂੰ ਰਿਸਪੋਂਸ ਮਿਲਿਆ। ਜੋ ਪਾਣੀ ਅੱਜ ਪਤਣੋਂ ਲੰਘ ਗਿਆ ਉਹਨੇ ਫੇਰ ਨਹੀਂ ਆਉਣਾ ਭਲਕੇ। ਬੜਾ ਵਧੀਆ ਲੱਗਿਆ ਜਦੋਂ ਵੀਰ ਜੀ ਨੇ ਦੱਸਿਆ ਕਿ ਸੁੱਚੇ ਦਾ ਰੋਲ ਕਰਨਾ ਵਾ ਬੱਬੂ ਵੀਰ ਨੇ, ਅਤੇ ਮੈਂ ਵੀ ਕਿਆ ਬਾਤ ਆ। ਜਿੰਨਾ ਉਹਨਾਂ ਨੇ ਇੱਕ ਆਪਣਾ ਆਪਣ ਦਿਖਾਇਆ ਸੈੱਟ 'ਤੇ, ਲਾਈਕ ਮੈਂ ਅਜੇ ਤੱਕ ਐਕਸਪੀਰੀਅੰਸ ਨਹੀਂ ਕੀਤਾ ਪੰਜਾਬ ਫੇਮ ਦਾ, ਨਹੀਂ ਮੈਨੂੰ ਕੋਈ ਹੈਗਾ ਇੰਨਾ। ਮੈਨੂੰ ਇਹ ਕਿ ਮੈਨੂੰ ਆਪਣਾ ਐਕਟਿੰਗ ਦਾ ਸ਼ੌਂਕ ਆ, ਮੈਂ ਸਿਰਫ ਇੱਕ ਐਕਟਰ ਹਾਂ। ਬਹੁਤ ਵਧੀਆ ਕਲਾ ਪਈ ਆਪਣੇ ਪੰਜਾਬ ਦੇ ਵਿੱਚ, ਸਾਨੂੰ ਬਾਹਰ ਜਾਣ ਦੀ ਲੋੜ ਨਹੀਂ, ਪਰ ਆਪਾਂ ਨੂੰ ਕਾਸਟ ਕਰਨੇ ਚਾਹੀਦੇ ਉਹ ਮੁੰਡੇ ਕਿ ਜਿਹੜੇ ਕਰ ਸਕਦੇ ਆ ਚੀਜ਼ਾਂ। ਜਸਟਿਸ ਕਰਨਾ ਚਾਹੁੰਦਾ ਮੈਂ ਸਿਨੇਮੇ ਦੇ ਨਾਲ, ਮੈਂ ਇੱਕ ਆਰਟਿਸਟ ਹਾਂ, ਮੈਨੂੰ ਪੋਲੀਟਿਕਸ ਨਾਲ ਨਹੀਂ ਕੋਈ, ਨਾ ਮੈਂ ਉਹਦੀ ਕਦੀ ਗੱਲ ਕਰਨੀ ਹੈ ਜ਼ਿੰਦਗੀ ਦੇ ਵਿੱਚ। ਮੈਨੂੰ ਇਹ ਕਿ ਮੈਂ ਆਪਣੀ ਆਰਟ ਕ੍ਰੀਏਟ ਕਰਨੀ ਹੈ, ਮੈਂ ਉਹਦੇ ਲਈ ਬਣਿਆ ਵਾਂ ਅਤੇ ਮੈਂ ਉਹਦੇ ਲਈ ਇੱਥੇ ਆਇਆ ਵਾਂ। ਉਹਨਾਂ ਨੇ ਵਿਤਕਰਾ ਨਹੀਂ ਕੋਈ ਕੀਤਾ, ਹੈ ਨਾ, ਸੋ ਬੜੀ ਚੰਗੀ ਗੱਲ ਆ। ਤਾਂ ਪਾ ਕੇ ਛਾਤੀ ਚੌੜੀ ਤਾਂ ਆਪਦੇ ਆਪ ਹੋ ਜਾਂਦੀ, ਜਦੋਂ ਬੰਦਾ ਪੂਰਾ ਠੇਠ ਥੱਲੇ ਚਾਦਰਾ ਥੱਲੇ ਖੋਸਾ ਪਾਇਆ, ਖੋਸਾ ਖੋਸਾ ਪਾ ਕੇ ਰੱਖਿਆ ਫਿਰ ਪੂਰਾ ਚਾਦਰਾ ਚੱਲਿਆ ਪੂਰਾ। ਹਾਂਜੀ, ਇੱਥੇ ਕੀ ਲੈਣਾ, ਮਾਈਕ ਲੈ ਕੇ ਐਵੇਂ ਦੱਸ। ਬਿਲਕੁਲ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਥੈਂਕ ਯੂ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮੱਚ। ਵਾਕਈ ਲੱਗਿਆ ਕਿ ਜਦੋਂ ਤੁਸੀਂ ਤੁਰਦੇ ਹੋ, ਜੋ ਤੁਹਾਡਾ ਇੱਕ ਉਹ ਲੱਗਦਾ ਵੀ ਉਸ ਸਮੇਂ ਦਾ ਕੁੱਕਰ ਸ਼ਾਇਦ ਇੰਨਾ ਹੀ ਤਾਕਤਵਰ ਹੋਣਾ ਜਿਹੜਾ ਅੱਜ ਦਾ ਕੁੱਕਰ ਸਾਡੇ ਸਾਹਮਣੇ ਬੈਠਾ। ਵਧੀਆ ਲੱਗਿਆ ਤੁਸੀਂ, ਯੂਨੋ ਮੈਨੂੰ ਰਿਸਪੋਂਸ ਮਿਲਿਆ, ਅਤੇ ਇਹੀ ਮੈਂ ਚਾਹੁੰਦਾ ਸੀ, ਕੋਸ਼ਿਸ਼ ਵੀ ਸਾਡੀ ਇਹੀ ਸੀ ਕਿ ਔਥੈਂਟਿਕ ਲੱਗੇ ਜਿੰਨਾ ਹੋ ਸਕਦਾ। ਹਾਂਜੀ, ਸੋ ਖੁਸ਼ੀ ਹੁੰਦੀ ਹੈ ਜਦੋਂ ਇੱਦਾਂ ਦਾ ਫੀਡਬੈਕ ਮਿਲਦਾ। ਤੁਸੀਂ ਮੈਂ ਸ਼ਾਇਦ ਕੱਲ੍ਹ ਹੀ ਆਏ ਹੋ, ਮਤਲਬ ਆਡੀਅੰਸ ਦੇ ਸਾਹਮਣੇ ਜਦੋਂ ਕੱਲ੍ਹ ਤੁਹਾਡਾ ਉਹ ਸੀਗਾ, ਅਤੇ ਕਿਵੇਂ ਲੱਗਿਆ ਜਦੋਂ, ਚਲੋ ਤੁਸੀਂ ਅਮੈਰੀਕਾ 'ਚ ਰਹਿੰਦੇ ਹੋ, ਚਲੋ ਉੱਥੇ ਪੰਜਾਬੀ ਹੈ, ਚਲੋ ਅੱਜ ਤਾਂ ਬਹੁਤ ਪੰਜਾਬੀ ਹੋ ਚੁੱਕੇ, ਪਰ ਜਦੋਂ ਤੁਸੀਂ ਕੱਲ੍ਹ ਦੇਖਿਆ ਜੋ ਇੱਕ ਜਿਹੜਾ ਐਕਟਰ ਨੂੰ ਸਨਮਾਨ ਮਿਲਦਾ ਜਾਂ ਇੱਕ ਤੁਹਾਨੂੰ ਪਿਆਰ ਦਿੱਤਾ ਗਿਆ, ਕਿਵੇਂ ਮਹਿਸੂਸ ਹੋਇਆ? ਬੜੀ ਖੁਸ਼ੀ ਵਾਲੀ ਗੱਲ ਹੈ, ਬੜੀ ਮਾਣ ਵਾਲੀ ਗੱਲ ਆ। ਉੱਦਾਂ ਮੈਂ ਬੜਾ ਨਰਵਸ ਹੁੰਦਾ ਵਾਂ ਇਹੋ ਜਿਹੇ ਲਾਈਕ ਕਰਨ ਲਈ ਚੀਜ਼ਾਂ, ਪਰ ਮੈਂ ਇੱਕ ਐਕਟਰ ਵੀ ਹਾਂ, ਸੋ ਕੈਮਰੇ ਅੱਗੇ ਆਡੀਅੰਸ ਮੂਹਰੇ ਨਹੀਂ ਮੈਂ ਹੁੰਦਾ ਲਾਈਕ ਡਰਦਾ, ਉਹਦੀ ਕੋਈ ਗੱਲ ਨਹੀਂ, ਪਰ ਜਦੋਂ ਇੱਦਾਂ ਹੁੰਦਾ ਸ਼ੋਅ ਹੋਣਾ ਪੈਂਦਾ ਉਹਦੇ ਲਈ ਥੋੜ੍ਹਾ ਹਮੇਸ਼ਾ ਨਰਵਸ ਹੁੰਦਾ ਮੈਂ ਥੋੜ੍ਹਾ ਬਹੁਤਾ, ਬਟ ਓਵਰਆਲ ਬਹੁਤ ਸੋਹਣਾ ਸੀ ਐਕਸਪੀਰੀਅੰਸ। ਹਾਂ, ਅਫਕੋਰਸ ਬੱਬੂ ਵੀਰ ਜੀ ਨਾਲ ਉੱਦਾਂ ਹੀ ਮੈਂ ਨੋਰਮਲ ਕੋਲ ਮਿਲ ਜਾਈਦਾ, ਸੋ ਉਹਨਾਂ ਦੇ ਨਾਲ ਰਹਿ ਕੇ ਥੋੜ੍ਹਾ ਜਿਹਾ ਜਦੋਂ ਉਹਨਾਂ ਦੇ ਨਾਲ ਸੀ ਰਾਤੀ, ਸੋ ਕੰਫਰਟੇਬਲ ਫੀਲ ਕਰਦੇ ਹਾਂ ਆਪਾਂ। ਬੱਬੂ ਨਾਲ ਜਦੋਂ ਪਹਿਲੀ ਵਾਰ, ਚਲੋ ਮੁਲਾਕਾਤ ਹੋਈ ਫਿਲਮ ਦੌਰਾਨ ਜਦੋਂ, ਜਾਂ ਡਾਇਰੈਕਟਰ ਨੇ ਤੁਹਾਡੇ ਨਾਲ ਗੱਲ ਕੀਤੀ, ਫਿਰ ਕਿਵੇਂ ਲੱਗਿਆ? ਕਿਉਂਕਿ ਬੱਬੂ ਪੰਜਾਬ ਦੇ ਲੈਜੈਂਡ ਹੈਗੇ ਨੇ, ਅਸੀਂ ਕੁਛ ਕੁ ਕਲਾਕਾਰ ਦੀ ਗੱਲ ਕਰੀਏ ਜਿਹੜੇ ਜਦੋਂ ਵੀ ਉਹਨਾਂ ਦਾ ਕੋਈ ਵੀ ਮੂਵੀ ਆਉਂਦੀ ਜਾਂ ਗਾਣੇ ਆਉਂਦੇ ਨੇ, ਚਰਚਾਵਾਂ 'ਚ ਰਹਿੰਦੇ ਨੇ। ਬੜਾ ਵਧੀਆ ਲੱਗਿਆ ਜਦੋਂ ਵੀਰ ਜੀ ਨੇ ਦੱਸਿਆ ਕਿ ਸੁੱਚੇ ਦਾ ਰੋਲ ਕਰਨਾ ਵਾ ਬੱਬੂ ਵੀਰ ਨੇ, ਅਤੇ ਮੈਂ ਵੀ ਕਿਆ ਬਾਤ ਆ। ਸੋ ਇੱਕ ਦੋਵਾਂ ਵੀਰ ਜੀ ਦੀ ਜਿਹੜੀ, ਅਮਿਤੋਜ ਵੀਰ ਜੀ ਅਤੇ ਬੱਬੂ ਵੀਰ ਜੀ ਦੇ ਕਿਮੇਜ ਮੇਰੇ ਅਤੇ ਇੱਦਾਂ ਬਣੀ ਹੋਈ ਹੈ ਕਿ ਲਾਈਕ ਅਸੀਂ ਸਾਡੇ ਵੱਡੇ ਵੀਰ ਨੇ ਹੀ ਸੁਣਦੇ ਆਏ ਹਾਂ, ਬੜਾ ਮਾਣ ਕੀਤਾ। ਅਮਿਤੋਜ ਵੀਰ ਜੀ ਦਾ ਮੈਂ ਬਹੁਤ ਵੱਡਾ ਫੈਨ ਸੀ, ਬੱਬੂ ਵੀਰ ਜੀ ਦੇ ਗਾਣੇ ਸੁਣਦੇ ਆਏ ਹਾਂ, ਉਹਨਾਂ ਦੇ ਬੜੇ ਫੈਨ ਸੀ ਅਸੀਂ। ਸੋ ਅੱਜ ਤੱਕ ਸੋਚਿਆ ਨਹੀਂ ਸੀ ਕਿ ਉਹਨਾਂ ਨਾਲ ਕੰਮ ਕਰਾਂਗੇ, ਪਰ
ਜਿੰਨਾ ਉਹਨਾਂ ਨੇ ਇੱਕ ਆਪਣਾਪਣ ਦਿਖਾਇਆ ਸੈੱਟ 'ਤੇ, ਲਾਈਕ ਮੈਂ ਅਜੇ ਤੱਕ ਐਕਸਪੀਰੀਅੰਸ ਨਹੀਂ ਕੀਤਾ ਪੰਜਾਬ ਨੇ। ਖੁਦ ਆਪਦੇ ਜ਼ਬਾਨ ਤੋਂ ਵੀ ਦੱਸਿਆ ਕਿ ਪੱਤਰਕਾਰਾਂ ਸਵਾਲ ਕੀਤਾ ਜਿਹੜਾ ਕੁੱਕਰ ਦਾ ਕਿਰਦਾਰ ਹੈਗਾ ਬੜਾ ਤੁਹਾਡੇ ਤੋਂ ਵੀ ਮਤਲਬ ਤੁਹਾਡੇ ਤੋਂ ਅੱਗੇ ਉੱਪਰ ਦਾ ਲੱਗਦਾ, ਪਰ ਉਹ ਕਹਿੰਦੇ ਵੀ ਇੱਕ ਫਿਲਮ ਹੁੰਦੀ ਜਿਸ 'ਚ ਕਿਰਦਾਰ ਨਹੀਂ ਦੇਖੇ ਜਾਂਦੇ, ਉਹ ਸਾਰਿਆਂ ਦੀ ਇੱਕ ਟੀਮ ਹੁੰਦੀ ਹੈ। ਬਿਲਕੁਲ ਸਹੀ ਗੱਲ ਹੈ। ਨਹੀਂ ਬੱਬੂ ਵੀਰ ਜੀ ਦੀ ਇਹ ਸ਼ੁਰੂ ਤੋਂ ਹੀ ਗੱਲ ਹੈ ਕਿ ਉਹ ਇੱਦਾਂ ਦੇ ਕਲਾਕਾਰ ਨੇ ਕਿ ਜੇ ਕੋਈ ਚੰਗਾ ਹੈਗਾ ਤਾਂ ਉਹਨਾਂ ਨੇ ਚੰਗਾ ਕਹਿਣਾ, ਜੇ ਮਾੜਾ ਤਾਂ ਫਿਰ ਮਾੜਾ ਹੀ ਕਹਿ ਦੇਣਾ। ਸੋ ਬੜੇ ਬਲੰਟ ਨੇ, ਸਟ੍ਰੇਟ ਫਾਰਵਰਡ ਨੇ। ਸੋ ਇਹੀ ਉਹਨਾਂ ਦੀਆਂ ਚੀਜ਼ਾਂ ਸਾਰਿਆਂ ਨੂੰ ਚੰਗੀਆਂ ਲੱਗਦੀਆਂ। ਸੈੱਟ ਦੌਰਾਨ ਵੀ ਮਤਲਬ ਪੋਲਾਈਟ ਹੀ ਚੱਲਦਾ ਹੈ ਥੋੜ੍ਹਾ ਬਹੁਤਾ, ਜਿਵੇਂ ਕਹਿੰਦੇ ਨੇ ਤੁਹਾਡਾ ਪੂਰਾ ਗੁੱਸੇ ਵਾਲਾ ਕਿਰਦਾਰ ਹੈਗਾ, ਪੂਰਾ ਇੱਕ ਯਾਰੀ ਨਾਲ ਗਿਰਦਾਰੀ ਗਿਰਦਾਰੀ ਉਸ ਸਮੇਂ, ਅਤੇ ਉਹ ਫੀਲ ਕਿਵੇਂ ਦਾ ਸੀ? ਬਹੁਤ ਵਧੀਆ ਫੀਲ ਸੀ। ਇੱਕ ਤਾਂ ਸ਼ੁਗਲ ਮੇਲਾ ਚੱਲਦਾ ਰਿਹਾ ਬਹੁਤ ਸੈੱਟ 'ਤੇ, ਜਿਹੜੀ ਇੰਟੈਂਸਿਟੀ ਆਉਂਦੀ ਸੀ ਉਹ ਵੀ ਬੜੀ ਜ਼ਬਰਦਸਤ ਆਉਂਦੀ ਸੀ। ਅਮਤੋਜ ਵੀਰ ਜੀ ਜਦੋਂ ਵੀ ਕਿਸੇ ਸੀਨ ਨੂੰ ਕ੍ਰੀਏਟ ਕਰਦੇ ਸੀ ਕਿ ਸਾਨੂੰ ਪਤਾ ਸੀ ਕਿ ਅਸੀਂ ਉਹ ਇੰਟੈਂਸ ਸੀਨ ਕਰ ਰਹੇ ਹਾਂ, ਉਹ ਮਾਹੌਲ ਉੱਦਾਂ ਦਾ ਬਣ ਜਾਂਦਾ ਸੀ। ਪਰ ਉਹ ਤੋਂ ਬਾਅਦ ਖਤਮ ਹੋਣ ਤੋਂ ਬਾਅਦ ਫਿਰ ਸ਼ੁਗਲ ਮੇਲਾ। ਪੰਜਾਬੀ ਇੰਡਸਟਰੀ ਦੀ ਤੁਸੀਂ ਫਿਲਮਾਂ, ਤੁਸੀਂ ਬਹੁਤ ਘੱਟ ਫਿਲਮਾਂ ਕਰਦੇ ਹੋ ਅਸੀਂ ਤੁਹਾਨੂੰ ਦੇਖਿਆ, ਅਤੇ ਇਸ ਫਿਲਮ ਬਾਰੇ ਜਦੋਂ ਤੁਸੀਂ ਹੁਣ ਕੀਤਾ ਤਾਂ ਲੱਗਿਆ ਵੀ ਇੱਕ ਪੰਜਾਬੀ ਠੇਠ, ਪੰਜਾਬੀ ਜਿਹੜੀ ਕਲਚਰ ਚੀਜ਼ਾਂ ਹੈਗੀਆਂ ਜਾਂ ਵਿਰਸੇ ਨਾਲ ਜੁੜਨ ਦਾ ਮੌਕਾ ਮਿਲਿਆ। ਬਿਲਕੁਲ, ਮੈਂ ਸਿੱਖਣ ਨੂੰ ਬਹੁਤ ਕੁਛ ਮਿਲਿਆ ਇਸ ਪ੍ਰੋਜੈਕਟ ਤੋਂ। ਬੜਾ ਡਿਫਰੈਂਟ ਪ੍ਰੋਜੈਕਟ ਸੀ, ਆਪਣੀ ਪੰਜਾਬ ਨੂੰ ਬੜਾ ਟੱਚ ਕਰਦਾ ਸੀ ਉਹ ਕਲਚਰ, ਆਪਣਾ ਵਿਰਸਾ, ਪੰਜਾਬ ਦਾ ਹੈਰੀਟੇਜ ਜਿਹੜੀ ਦਿਖਾਈ ਗਈ ਹੈ ਪੰਜਾਬ ਦੇ, ਪੰਜਾਬ ਦੀ ਇਹਦੇ ਵਿੱਚ ਸ਼ੁਰੂ ਤੋਂ ਲੈ ਕੇ ਹਰੇਕ ਮੋੜ ਹੈ, ਇਹਦੇ ਵਿੱਚ ਵੇਰੀਏਸ਼ਨਸ ਬਹੁਤ ਨੇ ਇਸ ਮੂਵੀ ਦੇ ਵਿੱਚ। ਚੀਜ਼ਾਂ ਤੁਹਾਡੇ ਤੋਂ ਦੂਰ ਹੋ ਚੁੱਕੀਆਂ ਹੋਣੀਆਂ ਸ਼ਾਇਦ, ਤੁਸੀਂ ਚਲੋ ਫਿਲਮਾਂ ਦੇ ਵਿੱਚ ਤਾਂ ਤੁਸੀਂ ਦੇਖ ਮਤਲਬ ਰਿਐਲਿਟੀ 'ਚ ਕਹਿੰਦੇ ਸੈੱਟ ਵੀ ਅਜਿਹੇ ਤਿਆਰ ਕੀਤੇ, ਮਹਿਸੂਸ ਹੀ ਨਹੀਂ ਹੋਇਆ ਕਿ ਇਹ ਚੀਜ਼ਾਂ ਤਿਆਰ ਕੀਤੀਆਂ ਗਈਆਂ ਜਾਂ ਰਿਐਲਿਟੀ 'ਚ ਹੈਗੀਆਂ। ਹਾਂਜੀ ਬਿਲਕੁਲ, ਸੈੱਟ ਪੂਰਾ ਤਿਆਰ ਕੀਤਾ ਗਿਆ ਸੀ ਸਾਗਾ ਪ੍ਰੋਡਕਸ਼ਨ ਵੱਲੋਂ। ਬੜੀ ਵੱਡੀ ਗੱਲ ਹੈ ਪੰਜਾਬੀ ਫਿਲਮ ਇੰਡਸਟਰੀ ਲਈ ਇਹ, ਸਾਗਾ ਪ੍ਰੋਡਕਸ਼ਨ ਨੇ ਕੋਈ ਕਮੀ ਨਹੀਂ ਛੱਡੀ। ਉਹ ਮਾਹੌਲ ਹੀ ਇੱਦਾਂ ਦਾ ਬਣ ਗਿਆ ਸੀ, ਸਾਰੀ ਸੈਟਿੰਗ ਹੀ ਇੱਦਾਂ ਦੀ ਸੀ ਕਿ ਉਹ ਜਿਹੜੇ ਵਿਆਹ ਦੇ ਸੀਨ ਤੁਸੀਂ ਦੇਖੋਗੇ, ਅਸੀਂ ਵਿਆਹ ਹੀ ਕੀਤਾ ਉਹ ਇੱਕ ਹਿਸਾਬ ਨਾਲ। ਉਹ ਇੱਕ ਸ਼ੂਟ ਅਤੇ ਗਾਣੇ ਦੇ ਦੌਰਾਨ ਚੱਲਦਾ ਰਿਹਾ ਕਿ ਉਹ ਅਸੀਂ ਸਵੇਰੇ ਸ਼ੁਰੂ ਹੋਇਆ ਅਤੇ ਅਗਲੇ ਦਿਨ ਸਵੇਰੇ ਜਾ ਕੇ 6 ਵਜੇ ਪੈਕਅਪ ਹੋਇਆ। ਸੋ ਇੱਦਾਂ ਲੱਗਦਾ ਸੀ ਕਿ ਵਾਕਈ ਵਿਆਹ ਹੋ ਰਿਹਾ, ਅਤੇ ਉਹ ਵਿਆਹ ਦੀਆਂ ਰਸਮਾਂ ਚੱਲਦੀਆਂ ਰਹੀਆਂ। ਸੋ ਇੰਨਾ ਰਿਐਲਿਟੀ ਬਣ ਗਈ ਸੀ ਉਸ ਸੈੱਟ ਦੇ ਉੱਤੇ ਕਿ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਅਸੀਂ ਕੈਮਰਾ ਲੱਗਾ ਜਾਂ ਕਿਤੇ ਸੀਨ ਚੱਲ ਰਿਹਾ। ਮਤਲਬ ਤੁਸੀਂ ਤੁਹਾਨੂੰ ਤੁਸੀਂ ਘੱਟ ਫਿਲਮਾਂ ਕਰਦੇ ਹੋ, ਤੁਹਾਨੂੰ ਲੱਗਿਆ ਕਿ ਅਜਿਹੇ ਕਿਰਦਾਰ ਦੇ ਵਿੱਚ ਜਦੋਂ ਜੱਗ ਸਾਹਮਣੇ ਆਏਗਾ ਲੋਕਾਂ ਦੇ ਵਿੱਚ ਤਾਂ ਇੱਕ ਫੇਮ ਦਾ ਕਿੰਨਾ ਕੁ ਤੁਹਾਨੂੰ ਇੰਟਰਸਟ ਹੈਗਾ ਜ਼ਿੰਦਗੀ 'ਚ? ਫੇਮ ਦਾ ਨਹੀਂ ਮੈਨੂੰ ਕੋਈ ਹੈਗਾ ਇੰਨਾ, ਮੈਨੂੰ ਇਹ ਆ ਕਿ ਮੈਨੂੰ ਆਪਣਾ ਐਕਟਿੰਗ ਦਾ ਸ਼ੌਂਕ ਆ, ਮੈਂ ਸਿਰਫ ਇੱਕ ਐਕਟਰ ਹਾਂ, ਅਤੇ ਮੈਨੂੰ ਇਹਦੋਂ ਵੱਧ ਕੇ ਹੋਰ ਕੁਛ ਨਹੀਂ। ਮੈਨੂੰ ਬਸ ਇਹ ਹੁੰਦਾ ਕਿ ਲਾਈਕ ਜਿਹੜਾ ਮੈਂ ਆਰਟ ਕ੍ਰੀਏਟ ਕਰਨਾ ਚਾਹੁੰਦਾ ਵਾਂ ਮੈਂ ਉਹਦੇ ਨਾਲ ਜਸਟਿਸ ਕਰਾਂ। ਹਾਂਜੀ, ਕਿਰਦਾਰ ਜਦੋਂ ਤੁਹਾਨੂੰ ਫਿਲਮ 'ਚ ਰੋਲ ਮਿਲਦਾ ਜਾਂ ਤੁਸੀਂ ਘੱਟ ਫਿਲਮਾਂ ਕਰਨ ਦੇ ਪਿੱਛੇ ਕਾਰਨ ਕੀ ਹੈ? ਰੋਲ ਨੂੰ ਦੇਖਦੇ ਹੋ ਜਾਂ ਦੇਖਦੇ ਹੋ ਕੀ ਕਿਰਦਾਰ ਹੈਗਾ? ਹਾਂਜੀ, ਮੈਂ ਰੋਲ ਹੀ ਦੇਖਦਾ ਸਭ ਤੋਂ ਵੱਡਾ, ਅਤੇ ਮੈਨੂੰ ਇਹ ਹੁੰਦਾ ਵਾ ਕਿ ਇਹ ਰੋਲ ਹੈਗਾ, ਇਹਦੇ ਵਿੱਚ ਕੁਛ ਹੈਗਾ ਵੇਰੀਏਸ਼ਨ ਕੁਛ ਕਰਨ ਨੂੰ, ਫਲੈਟ ਨਾ ਹੋਵੇ। ਸੋ ਕੋਈ ਮਾਇਨੇ ਰੱਖਦੀ ਇਹ ਚੀਜ਼, ਸੋ ਮੈਂ ਉਹਨੂੰ ਵੇਖ ਕੇ ਕਰਦਾ, ਅਤੇ ਇਸੇ ਕਰਕੇ ਆਈ ਥਿੰਕ ਮੈਂ ਫਿਲਮਾਂ ਕਰ ਪੈਸੇ ਦਾ ਵੀ ਨਹੀਂ ਨਾ ਮੈਨੂੰ ਫੇਮ ਦਾ। ਸੋ ਮੈਂ ਸਿਰਫ ਚਾਹੁੰਦਾ ਵਾਂ ਕਿ ਮੈਂ ਐਕਟ ਵਧੀਆ ਕਰਾਂ। ਅਤੇ ਸ਼ੌਂਕ ਵੀ ਜਿਹੜਾ ਕੰਮ ਕਰਨਾ ਫਿਰ ਸ਼ੌਂਕ ਨਾਲ ਕਰਨਾ, ਜਿਵੇਂ ਹੁਣ ਕੀਤਾ ਤਾਂ ਵਾਕਿਆ ਵੀ ਲੋਕ ਯਾਦ ਰੱਖਣਗੇ ਕੁੱਕਰ ਆਇਆ ਸੀ। ਹਾਂਜੀ ਹਾਂਜੀ, ਸੋ ਬਸ ਇਹੀ ਇੱਕ ਜਿਹੜਾ ਕੰਮ ਹੈ ਤੁਹਾਡਾ ਬੋਲਦਾ ਉਹੀ ਬੋਲਣਾ ਚਾਹੀਦਾ, ਹੋਰ ਕੁਛ ਨਹੀਂ। ਅਸੀਂ ਕੁੱਕਰ ਦੀ ਗੱਲ ਕਰੀਏ, ਚਲੋ ਇੱਕ ਉਹ ਤਾਂ ਕਹਾਣੀ ਸੀ, ਤਾਂ ਉਹ ਕਹਾਣੀ ਦੇ ਪਿੱਛੇ ਜੋ ਕੁਛ ਹੋਇਆ ਉਸ ਦੇ ਵਿੱਚ ਹਮੇਸ਼ਾ ਬੰਦੇ ਨੂੰ ਹੀ ਗੁਨਾਹਗਾਰ ਮੰਨਿਆ ਜਾਂਦਾ, ਅੱਜ ਵੀ
ਸ਼ਾਇਦ ਇਤਿਹਾਸ 'ਚ ਇਹ ਅਜਿਹੀਆਂ ਗੱਲਾਂ ਹੀ ਆਉਂਦੀਆਂ ਜੋ ਅਸੀਂ ਦੇਖਦੇ ਹਾਂ ਜਾਂ ਕਿਤੇ ਵੀ ਹੁੰਦਾ, ਸ਼ਾਇਦ ਜਨਾਨੀ ਦਾ ਵੀ ਪੂਰਾ ਹੱਕ ਹੁੰ ਜਾਂ ਹਿੱਸਾ ਹੁੰਦਾ ਉਸ ਚੀਜ਼ ਦੇ ਵਿੱਚ। ਹਾਂਜੀ, ਕਿਸੇ ਇੱਕ ਬੰਦੇ ਦਾ ਕਸੂਰ ਨਹੀਂ ਹੁੰਦਾ, ਹਮੇਸ਼ਾ ਕਿਸੇ ਅਸੀਂ ਇੱਕ ਨੂੰ ਨਹੀਂ ਦੋਸ਼ ਦੇ ਸਕਦੇ। ਸੋ ਜੇ ਆਪਾਂ ਉਹ ਕਰਦੇ ਹਾਂ ਤਾਂ ਫਿਰ ਉਹ ਗਲਤ ਆ, ਪਰ ਹਾਂਜੀ, ਪਰ ਬੰਦਾ ਟੰਗਿਆ ਜਾਂਦਾ ਹਮੇਸ਼ਾ, ਅਤੇ ਯਾਰ ਉਹਨੂੰ ਕੀ ਦਸਤੂਰ ਆ ਕੀ ਆ, ਪਰ ਕੁਰਬਾਨੀ ਬੰਦਾ ਹੀ ਦੇ ਦਿੰਦਾ, ਬੱਕਰੇ ਦੀ ਮੰਨੀ। ਬਸ ਬਸ ਆ, ਕਦੇ ਸਾਧਾਂ ਕੋਲ ਵੇਖੀ ਤਾਂ ਕਹਿੰਦੇ ਨੇ ਬੱਕਰਾ ਦੇਣਾ ਕੁਰਬਾਨੀ, ਇਹ ਨਹੀਂ ਕਹਿੰਦੇ ਕਦੇ ਬੱਕਰੀ ਦਾ ਨਾਂ ਨਹੀਂ ਆਇਆ ਕਦੇ। ਹਾਂ ਸਹੀ ਗੱਲ ਹੈ, ਰਾਈਟ। ਪਰ ਆਈ ਥਿੰਕ ਨਹੀਂ, ਆਪਣੀਆਂ ਪੰਜਾਬ ਦੀਆਂ ਲੇਡੀਜ਼ ਕੁੜੀਆਂ ਜਿਹੜੀਆਂ ਆਪਣੀਆਂ ਔਰਤਾਂ ਨੇ ਹੁਣ ਇਸ ਟਾਈਮ ਦੇ ਵਿੱਚ ਬੜੀਆਂ ਪਾਵਰਫੁੱਲ ਨੇ। ਮੈਨੂੰ ਬੜਾ ਮਾਣ ਹੁੰਦਾ ਕਈ ਕੁੜੀਆਂ ਜਿਨ੍ਹਾਂ ਨੂੰ ਮੈਂ ਜਾਣਦਾ ਵਾਂ, ਲਾਈਕ ਇਸ ਲੈਵਲ 'ਤੇ ਨੇ, ਪੰਜਾਬੀਅਤ ਨੂੰ ਲੈ ਕੇ ਗਏ ਨੇ, ਪੰਜਾਬ ਨੂੰ ਲੈ ਕੇ ਗਏ ਨੇ, ਆਪਣੇ ਵਿਰਸੇ ਨੂੰ ਲੈ ਕੇ ਗਏ ਨੇ, ਅਤੇ ਉਹ ਜੁੜੇ ਹੋਏ ਨੇ ਉਹਨਾਂ ਨਾਲ, ਬੜੀਆਂ ਪਾਵਰਫੁੱਲ ਕੁੜੀਆਂ। ਸੋ ਬੜੀਆਂ ਬੜਾ ਮਾਣ ਹੁੰਦਾ ਕਿ ਲਾਈਕ ਮੁੰਡੇ ਨਹੀਂ ਆ, ਕੁੜੀਆਂ ਵੀ ਆਪਣੀਆਂ ਬੜੀਆਂ ਗਾਂ ਨੇ ਪੰਜਾਬ ਦੀਆਂ। ਪੰਜਾਬ ਦੇ ਕੋਈ ਜਾਂ ਗਾਇਕ ਜਾਂ ਕਿਸੇ ਉਹ ਜੇ ਅਜਿਹੇ ਐਕਟਰ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋਗੇ, ਵੀ ਵਾਕਿਆ ਹੀ ਵਿਰਸੇ ਨੂੰ ਅੱਗੇ ਲੈ ਕੇ ਜਾ ਰਹੇ ਨੇ, ਅਤੇ ਵਾਕਿਆ ਹੀ ਇਹਨਾਂ 'ਚ ਐਕਟਿੰਗ ਹੈਗੀ ਹੈ ਜਾਂ ਇੱਕ ਅੱਛਾ ਕਿਰਦਾਰ ਹੈਗਾ ਅੱਜ ਦੇ? ਅਮਿਤੋਜ ਵੀਰ ਜੀ, ਬੱਬੂ ਵੀਰ ਜੀ, ਮੈਂ ਗੁਰਦਾਸ ਮਾਨ ਸਾਹਿਬ ਔਲਵੇਜ਼ ਉਹਨਾਂ ਦੇ ਫੈਨ ਰਹੇ ਹਾਂ। ਸਰਦੂਲ ਸਿਕੰਦਰ ਸਾਹਿਬ ਪੂਰੇ ਹੋ ਗਏ, ਮੇਰੇ ਫੇਵਰੇਟ ਸੀ। ਹਾਂਜੀ, ਸਰਦੂਲ ਸਿਕੰਦਰ ਸਾਹਿਬ, ਸੁਰਜੀਤ ਬਿੰਦਰਖੀਆ ਜੀ, ਕੁਲਦੀਪ ਮਾਣਕ ਸਾਹਿਬ, ਮੈਂ ਹਜੇ ਵੀ ਅੱਜ ਵੀ ਜੋ ਮੇਰੇ ਮੈਂ ਸੁਣਦਾ ਵਾਂ ਜੇ ਕੋਈ, ਤਾਂ ਮੈਂ ਬਸ ਆਹ ਹੀ ਜਿਹੜੇ ਮੈਂ ਜਿੰਨੇ ਸਿੰਗਰਸ, ਪੰਜਾਬੀ ਸਿੰਗਰਸ ਦਾ ਨਾਂ ਲਿਆ, ਮੈਂ ਇਹਨਾਂ ਦੇ ਗੀਤ ਸੁਣਦਾ। ਹਰਭਜਨ ਮਾਨ, ਹਰਭਜਨ ਮਾਨ, ਅਤੇ ਮੈਂ ਐਕਚੁਲੀ ਮੈਂ ਉਹਨਾਂ ਦੇ ਗਾਣੇ ਬੜੇ ਗਾਉਂਦਾ ਹੁੰਦਾ ਸੀ, ਹਰਭਜਨ ਮਾਨ ਦੇ, ਹਰਭਜਨ ਮਾਨ ਵੀਰ ਜੀ ਦੇ। ਹਾਂ, ਮੈਂ ਮਿਲਿਆ ਨਹੀਂ ਉਹਨਾਂ ਨੂੰ ਕਦੀ, ਪਰ ਅਮਿਤੋਜ ਵੀਰ ਜੀ ਦੇ ਬਹੁਤ ਖਾਸ ਨੇ, ਉਹਨਾਂ ਨੇ ਕੰਮ ਵੀ ਕਰ ਚੁੱਕੇ ਨੇ, ਸੋ ਜ਼ਿਕਰ ਕਰਦੇ ਹੋਣੇ। ਸਮੇਂ ਵਿੱਚ ਹਰਭਜਨ ਮਾਨ ਦੇ ਨਾਲ ਫਿਲਮ ਕਰਨ ਦਾ ਮੌਕਾ ਮਿਲ ਜਾਏ, ਕਿਉਂਕਿ ਹੁਣ ਤੁਸੀਂ ਇੰਨੇ ਵੱਡੇ ਕਿਰਦਾਰ ਵਿੱਚ ਆਏ ਹੋ। ਨਹੀਂ, ਜ਼ਰੂਰ ਕਰਾਂਗੇ, ਸਾਰੇ ਵੱਡੇ, ਬਹੁਤ ਵੱਡੇ ਵੀਰ ਨੇ ਆਪਣੇ ਸਾਰੇ, ਸੋ ਕਹਿ ਲਓ ਲਿਟਲ ਬਿਟ। ਹਰਭਜਨ ਮਾਨ ਭਾਜੀ ਦੇ ਗਾਣੇ ਮੈਂ ਬਹੁਤ ਗਾਉਂਦਾ ਹੁੰਦਾ ਹੈ। ਕੁੱਕਰ ਦੀ ਉਹ ਆਵਾਜ਼ ਤਾਂ ਸੁਣ ਲਈ ਜਿਹਦੇ 'ਚ ਵਿਲਨ ਰੋਲ ਹੈਗਾ, ਜਿਹਨੂੰ ਜਦੋਂ ਕੁੱਕਰ ਬੋਲਦਾ ਨਾ, ਐਂ ਲੱਗਦਾ ਕਿ ਕੁੱਕਰ ਹੀ ਆ ਗਿਆ ਇੱਥੇ। ਜਿੰਨੇ ਬੰਦੇ, ਜਿੰਨੇ ਵੀ ਅਸੀਂ ਸੁਣਿਆ, ਅਸੀਂ ਚਾਹੁੰਦੇ ਕਿ ਉਸ ਆਵਾਜ਼ 'ਚ ਕੋਈ ਸੁਰੀਲੀ ਆਵਾਜ਼ ਵੀ ਸ਼ਾਇਦ ਹੋਏਗੀ ਉਸ ਪਿੱਛੇ। ਇਹ ਤੁਸੀਂ ਕਿਹੜੀਆਂ ਤਾਰਾਂ ਛੇੜ ਲਈਆਂ ਜੇ, ਮੇਰਾ ਕੋਈ ਮੂਡ ਨਹੀਂ ਸੀ, ਪਰ ਮੈਂ ਇੱਕ ਹਰਭਜਨ ਮਾਨ ਵੀਰ ਜੀ ਦਾ ਗਾਣਾ ਸ਼ੁਰੂ ਤੋਂ ਮੇਰੇ ਬੜਾ ਕਲੋਜ਼ ਸੀ, ਸੋ ਉਹਦੀ ਇੱਕ ਮੈਂ ਲਾਈਨ ਗਾ ਦੇਣਾ। ਮੇਰੀ ਆਵਾਜ਼ ਵੀ ਸ਼ਾਇਦ ਉਹਨਾਂ ਵਰਗੀ ਨਿਕਲਦੀ ਹੋਣੀ, ਕਿਉਂਕਿ ਪ੍ਰੈਕਟਿਸ ਮੈਂ ਉਹ ਗਾਣੇ ਦੇ ਕੀਤੀ ਬਹੁਤ। ਬੇਰੀ ਦਾ ਬੂਰ ਤਰਿੰਜਣ ਦੀਆਂ ਕੁੜੀਆਂ, ਸਦਾ ਨਾ ਬਹਿਣਾ ਰਲ ਕੇ, ਜੋ ਪਾਣੀ ਅੱਜ ਪੱਤਣੋਂ ਲੰਘ ਗਿਆ, ਉਹਨੇ ਫੇਰ ਨਹੀਂ ਆਉਣਾ ਪਲਕੇ। ਆਹ ਮੇਰੀ ਫੇਵਰਟ ਹਰਭਜਨ ਮਾਨ ਵੀਰ ਜੀ ਦੀ ਲਾਈਨ ਹੈ, ਜਿਹੜੀ ਮੈਂ ਹਮੇਸ਼ਾ ਗਾਉਂਦਾ ਆਇਆ ਸ਼ੁਰੂ ਤੋਂ ਹੀ। ਇੱਕ ਲਾਈਨ ਜਿਹੜੀ ਬੜਾ ਕੁਛ ਕਹਿ ਜਾਂਦੀ, ਵੀ ਜਿਹੜਾ ਸਮਾਂ ਮੁੜ ਕੇ ਨਹੀਂ ਆਉਣਾ। ਕਈ ਵਾਰ ਅਸੀਂ ਆਪਦੇ ਗਵਾ ਬੈਠਦੇ ਹਾਂ, ਅੱਜ ਕੱਲ੍ਹ ਲਾਲਚ ਪਿੱਛੇ ਅਸੀਂ ਪੰਜਾਬ ਵਿੱਚ ਉਹ ਕੁਛ ਚੱਲ ਰਿਹਾ, ਜਾਂ ਅਸੀਂ ਵਿਦੇਸ਼ਾਂ 'ਚ ਚੀਜ਼ਾਂ ਹੁੰਦੀਆਂ, ਭਰਾ ਭਰਾ ਨਾਲ ਭੇਟਦੇ ਨੇ, ਪਰ ਉਹ ਸਮਾਂ ਵਾਪਸ ਨਹੀਂ ਆਉਂਦਾ ਕਦੇ ਵੀ, ਕਦੀ ਵੀ ਨਹੀਂ ਆਉਂਦਾ। ਸੋ ਇਹ ਸਮੇਂ ਦੀ ਗੱਲ ਆ ਹਮੇਸ਼ਾ, ਕਿ ਲਾਈਕ ਜਿਹੜੀਆਂ ਭੁੱਲਾਂ ਚੁੱਕਾਂ ਹੁੰਦੀਆਂ ਨੇ ਅਸੀਂ ਕਰਦੇ ਹਾਂ। ਮੈਨੂੰ ਹਮੇਸ਼ਾ ਇਹ ਹੁੰਦਾ ਕਿ ਸਾਡੀ
ਮੇਰੇ ਵੱਡੇ ਵੀਰ ਨੇ ਜਿਹੜੇ ਰੁਪਿੰਦਰ ਸਿੰਘ ਮਾਂਗੜ, ਕਮਲ ਰੰਧਾਵਾ ਹਾਰਪਰ ਅਤੇ ਹਰਸਿਮਰਨ ਸਿੰਘ ਹੁੰਦਲ, ਇਹਨਾਂ ਤੋਂ ਹੀ ਮੈਂ ਸਿੱਖਿਆ ਵਾ ਕਿ ਗਲਤੀ ਹਰ ਕੋਈ ਕਰਦਾ, ਮੈਂ ਵੀ ਕਰਦਾ ਵਾਂ, ਛੋਟਾ ਵਾਂ ਮੈਂ ਸਾਰਿਆਂ ਤੋਂ. ਸੋ ਹਮੇਸ਼ਾ ਆਪਣੇ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਇਹੀ ਆ ਕਿ ਇੱਕ ਕਿਸੇ ਨੂੰ ਬਖਸ਼ਣਾ ਸਿੱਖਣਾ ਚਾਹੀਦਾ ਆਪਾਂ ਨੂੰ. ਕੋਈ ਗਲਤੀ ਕਰਦਾ ਵਾ ਤਾਂ ਉਹਨੂੰ ਮਾਫ਼ ਕਰੋ, ਰਾਦਰ ਕਿ ਉਹਨਾਂ ਨੂੰ ਬਿਲਕੁਲ. ਸੋ ਹੰਬਲ ਰਹੋ ਕਿ ਲਾਈਕ ਤੁਸੀਂ ਗਲਤੀ ਕੀਤੀ ਹੈ, ਮੰਨ ਲਓ ਕੋਈ ਗੱਲ ਨਹੀਂ, ਸਾਰਿਆਂ ਕੋਲ ਗਲਤੀ ਹੁੰਦੀ ਆ. ਸੋ ਉਹਨਾਂ ਨੂੰ ਸੁਧਾਰਨ ਦਾ ਮੌਕਾ ਮਿਲਣਾ ਚਾਹੀਦਾ. ਵੱਡੇ ਬਜ਼ੁਰਗ ਮਤਲਬ ਤੁਹਾਡੇ ਨਾਲ ਉੱਥੇ ਰਹਿੰਦੇ ਅਮੈਰੀਕਾ 'ਚ? ਹਾਂਜੀ ਹਾਂਜੀ, ਸਾਰੇ ਆਪਣੀ ਫੈਮਿਲੀ ਕਾਫੀ ਹੈ ਉੱਥੇ ਅਮੈਰੀਕਾ ਦੇ ਵਿੱਚ, ਅਤੇ ਆਉਂਦੇ ਜਾਂਦੇ ਰਹਿੰਦੇ ਨੇ. ਹਾਂਜੀ, ਅਸੀਂ ਤੁਸੀਂ ਪੰਜਾਬ 'ਚ ਆਏ ਹੋ, ਅਜੇ ਫਿਲਮ ਦਾ ਹਿੱਸਾ ਬਣੇ ਹੋ, ਅਤੇ ਗੱਗੂ ਗਿੱਲ, ਯੋਗ ਰਾਜ, ਜਿਨ੍ਹਾਂ ਦੀ ਅਸੀਂ ਪੁਰਾਣੀ ਫਿਲਮ ਦੇਖਦੇ ਸੀ, ਹੁਣ ਸ਼ਾਇਦ ਉਹ ਚੀਜ਼ ਸਾਨੂੰ ਅਸਲੀ ਵਿਲਨ ਵੀ ਮਿਲ ਚੁੱਕਿਆ ਹੈ. ਅਕਸਰ ਫਿਲਮਾਂ 'ਚ ਕੀ ਹੁੰਦਾ ਹੈ, ਵਿਲਨ ਵਾਸਤੇ ਬੰਬੇ ਤੋਂ ਸਾਨੂੰ ਵਿਲਨ ਲਿਆਉਣਾ ਪੈਂਦਾ. ਪੰਜਾਬੀ ਫਿਲਮਾਂ 'ਚ ਅਸੀਂ ਦੇਖੇ ਨੇ, ਜਦੋਂ ਵਿਲਨ ਦੀ ਗੱਲ ਆਉਂਦੀ ਤਾਂ ਕੋਈ ਵੱਡੇ ਪਰਦੇ ਦੀ ਫਿਲਮ ਹੁੰਦੀ ਹੈ ਤਾਂ ਬੰਬੇ ਤੱਕ ਅਪਰੋਚ ਕੀਤੀ ਜਾਂਦੀ, ਪਰ ਸਾਨੂੰ ਐਂ ਲੱਗਦਾ ਕਿ ਪੰਜਾਬ ਵਿੱਚ ਅਜਿਹੇ ਵਿਲਨ ਬੈਠੇ ਨੇ. ਹਾਂਜੀ ਬਿਲਕੁਲ ਬੈਠੇ ਨੇ ਆਪਣੇ ਪੰਜਾਬ ਦੇ. ਮੈਂ ਤੁਹਾਡੀ ਗੱਲ ਕਰ ਰਿਹਾ. ਅੱਛਾ, ਮੇਰੀ ਗੱਲ ਕਰ. ਆਈ ਥਿੰਕ ਹੋਰ ਵੀ ਮੁੰਡੇ ਬਹੁਤ ਨੇ ਸੋਹਣੇ ਅਤੇ ਤਗੜੇ ਮੁੰਡੇ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਵਾਂ. ਅਤੇ ਧਾਲੀਵਾਲ ਆਪਣਾ ਮੁੰਡਾ ਇੱਕ ਜਿਹੜਾ US ਹੀ ਰਹਿੰਦਾ, ਉਹਦਾ ਕੰਮ ਬੜਾ ਸੋਹਣਾ, ਬੜਾ ਸੋਹਣਾ ਸੁਨੱਖਾ ਮੁੰਡਾ. ਆਪਣਾ ਕਰਨਵੀਰ ਖੁੱਲਰ ਜਿਹਨੇ ਰੌਕੀ ਮੈਡਲ 'ਚ ਮੇਰੇ ਨਾਲ ਕੰਮ ਕੀਤਾ ਸੀ, ਉਹ ਮੁੰਡਾ ਬੜਾ ਚੰਗਾ. ਉਹਨੂੰ ਵੀ ਉਹ ਤੋਂ ਬਾਅਦ ਕੰਮ ਨਹੀਂ ਮਿਲਿਆ, ਉਹਨੇ ਕੀਤਾ ਨਹੀਂ. ਆਈ ਥਿੰਕ ਉਹ ਡਾਇਰੈਕਸ਼ਨ ਦੀ ਲਾਈਨ 'ਚ ਪੈ ਗਿਆ. ਪਰ ਮੈਂ ਇਹ ਥੀਏਟਰ ਵਾਲੇ ਮੁੰਡਿਆਂ ਨੂੰ ਵੇਖਣਾ ਚਾਹੁੰਦਾ ਵਾਂ, ਅਤੇ ਬਹੁਤ ਵਧੀਆ ਕਲਾ ਪਈ ਆਪਣੇ ਪੰਜਾਬ ਦੇ ਵਿੱਚ. ਸਾਨੂੰ ਬਾਹਰ ਜਾਣ ਦੀ ਲੋੜ ਨਹੀਂ, ਪਰ ਆਪਾਂ ਨੂੰ ਕਾਸਟ ਕਰਨੇ ਚਾਹੀਦੇ ਉਹ ਮੁੰਡੇ ਕਿ ਜਿਹੜੇ ਕਰ ਸਕਦੇ ਆ ਚੀਜ਼ਾਂ. ਸੋ ਆਪਣੇ ਪੰਜਾਬ ਸਾਰਾ ਕੁਛ ਹੈਗਾ. ਕਿਤੇ ਨਾ ਕਿਤੇ ਕੁਛ ਨਾ ਕੁਛ ਬੰਦੇ ਅਜਿਹੇ ਤੁਹਾਡੇ ਲੱਗਦਾ ਵੀ ਪਏ ਨੇ ਜਿਹੜੇ ਸ਼ਾਇਦ ਇਸ ਚੀਜ਼ 'ਚ ਵੀ ਰਾਜਨੀਤੀ ਹੈਗੀ ਹੈ, ਅਸੀਂ ਜਿੰਦਾ ਸ਼ਿਕਾਰ ਹੋ ਜਾਂਦੇ ਨੇ, ਉਹ ਆਪਣੀ ਲਾਈਨ ਚੇਂਜ ਕਰ ਲੈਂਦੇ ਨੇ? ਮੈਨੂੰ ਹੁਣ ਇਹ ਪਰਸਨਲ ਕਿਸੇ ਦੀ ਲਾਈਫ ਬਾਰੇ ਨਹੀਂ ਪਤਾ, ਪਰ ਮੈਨੂੰ ਇਹ ਹੈ ਕਿ ਜੇ ਮੇਰਾ ਵਸ ਚੱਲਿਆ ਅਤੇ ਮੈਂ ਜਸਟਿਸ ਕਰਨਾ ਚਾਹੁੰਦਾ ਵਾਂ ਸਿਨੇਮੇ ਦੇ ਨਾਲ. ਮੈਂ ਇੱਕ ਆਰਟਿਸਟ ਹਾਂ, ਮੈਨੂੰ ਪੋਲੀਟਿਕਸ ਨਾਲ ਨਹੀਂ ਕੋਈ ਨਾ, ਮੈਂ ਉਹਦੀ ਕਦੀ ਗੱਲ ਕਰਨੀ ਹੈ ਜ਼ਿੰਦਗੀ ਦੇ ਵਿੱਚ. ਮੈਨੂੰ ਇਹ ਕਿ ਮੈਂ ਆਪਣੀ ਆਰਟ ਕ੍ਰੀਏਟ ਕਰਨੀ ਹੈ, ਮੈਂ ਉਹਦੇ ਲਈ ਬਣਿਆ ਵਾਂ ਅਤੇ ਮੈਂ ਉਹਦੇ ਲਈ ਇੱਥੇ ਆਇਆ ਵਾਂ. ਸੋ ਉਹ ਤੋਂ ਵੱਧ ਕੇ ਮੇਰੇ ਕੋਲ ਕੁਛ ਹੈ ਨਹੀਂ ਹੈ, ਅਤੇ ਬਾਕੀ ਅਸੀਂ ਮਾਣ ਸਤਿਕਾਰ ਸਾਰਿਆਂ ਦਾ ਕਰੀਦਾ ਵਾ. ਅਤੇ ਮੈਨੂੰ ਇਹ ਕਿ ਬਸ ਮੈਂ ਇੱਕ ਜਸਟਿਸ ਕਰਾਂ, ਜੋ ਮੈਂ ਚੀਜ਼ ਬਣਾਵਾਂ ਮੈਂ ਕਿਸੇ ਨਾਲ ਵਿਤਕਰਾ ਨਾ ਕਰਾਂ. ਜੇ ਉਹ ਇੱਥੇ ਫਿੱਟ ਪੈਂਦਾ ਤਾਂ ਮੈਂ ਉਹਨੂੰ ਦੇਵਾਂ, ਭਾਵੇਂ ਮੇਰੇ ਤੋਂ ਲੰਬਾ ਦੋ ਤਿੰਨ, ਭਾਵੇਂ ਜਿੱਦਾਂ ਬੱਬੂ ਵੀਰ ਜੀ ਨੇ ਵੀ ਹੁਣ ਲਾਈਕ ਉਹਨਾਂ ਨੇ ਵਿਤਕਰਾ ਨਹੀਂ ਕੋਈ ਕੀਤਾ, ਹੈ ਨਾ. ਸੋ ਬੜੀ ਚੰਗੀ ਗੱਲ ਆ ਉਹਨਾਂ ਦੇ ਪੱਖੋਂ. ਅਮਿਤੋਜ ਵੀਰ ਜੀ ਨੇ ਜਿੱਦਾਂ ਉਹਨਾਂ ਨੇ ਸੈਟਅਪ ਕੀਤਾ ਸਾਰਾ, ਉੱਦਾਂ ਹੀ ਚੱਲਿਆ. ਸੋ ਬੜੀ ਵਧੀਆ ਗੱਲ ਆ, ਜੋ ਇਹਨਾਂ ਨੇ ਸੋਚਿਆ ਸੂਰਮਾ ਦੇ ਸੈੱਟ 'ਤੇ ਕੀਤਾ, ਜਸਟਿਸ ਕੀਤਾ ਹਰ ਚੀਜ਼ ਨਾਲ. ਸੋ ਇੱਦਾਂ ਹੀ ਹੋਣਾ ਚਾਹੀਦਾ. ਮਤਲਬ ਇਹ ਨਹੀਂ ਹੈਗਾ ਵੀ ਜਿਹੜੀ ਫਿਲਮ ਦੀ ਕਹਾਣੀ ਫਿਲਮ ਨੂੰ ਤਰੱਕੀ 'ਤੇ ਲੈ ਕੇ ਜਾਂਦੀ ਜਾਂ ਉਹਨੂੰ ਪਾਪੂਲਰ ਕਰੇਗੀ ਜਾਂ ਉਹਨੂੰ ਆਉਣ ਸਮੇਂ ਹਿੱਟ ਕਰੇਗੀ, ਕੋਈ ਚਿਹਰੇ ਨਹੀਂ ਹਿੱਟ ਕਰ ਸਕਦੇ ਜੇਕਰ ਤੁਹਾਡੇ 'ਚ ਕੈਪੇਬਿਲਿਟੀ ਹੈਗੀ, ਜਿਵੇਂ ਤੁਸੀਂ ਨਾਲ ਜੁੜੇ, ਜਿਵੇਂ ਪੂਰੀ ਟੀਮ. ਕੁਛ ਬਹੁਤ ਜ਼ਿਆਦਾ ਇਹਦੇ 'ਚ ਥੀਏਟਰ ਆਰਟਿਸਟ ਸਾਰੇ ਹੈਗੇ ਨੇ ਜਿਹੜੇ ਨਵੇਂ ਲੈ ਗਏ ਨੇ ਵਿੱਚ. ਬਿਲਕੁਲ, ਆਪਣਾ ਗੁਰਪ੍ਰੀਤ, ਗੁਰਪ੍ਰੀਤ ਹੈਗਾ ਜਿਨ੍ਹਾਂ ਨੇ ਕਾਮੇਡੀ ਦਾ, ਹਾਂਜੀ ਗੁਰਪ੍ਰੀਤ ਨੇ ਰੋਲ ਕੀਤਾ, ਉਹ ਬੜਾ ਸੋਹਣਾ ਵਾ ਮੁੰਡਾ. ਹੀ ਇਜ਼ ਸੱਚ ਅ ਟੈਲੈਂਟਡ ਭਾਅ ਜੀ ਆਪਣੇ. ਅਤੇ ਸਾਰੇ ਹੀ ਕਲਾਕਾਰ ਜਿੰਨੇ ਵੀ ਛੋਟੇ ਤੋਂ ਲੈ ਕੇ ਵੱਡੇ, ਛੋਟਾ ਕੋਈ ਵੀ ਨਹੀਂ ਹੈ ਹੁੰਦਾ, ਆਈ ਕਿਨੋ. ਅਤੇ ਸਾਰੇ ਸਾਰੇ ਹੀ ਸਾਰੇ ਇੱਕੋ ਲੈਵਲ ਦੇ ਨੇ, ਐਵਰੀਬਾਡੀ ਫਰੋਮ
ਜਿਹਨਾਂ ਨੇ ਵੱਡਾ ਰੋਲ ਤੋਂ ਕੀਤਾ, ਛੋਟੇ ਦਾ ਮਤਲਬ ਇਹ ਹੈ ਕਿ ਥੋੜ੍ਹੇ ਰੋਲ ਨੇ, ਹੈ ਨਾ, ਪਰ ਉਹ ਛੋਟੇ ਰੋਲ ਦੇ ਹੀ ਬਹੁਤ ਵੱਡਾ ਸਿਗਨੀਫਿਕੈਂਟ ਹੈ, ਹੈ ਨਾ, ਲਾਈਕ ਉਹ ਸਟੋਰੀ ਨੂੰ ਲੀਡ ਕਰਦੇ ਨੇ, ਸੋ ਹਰੇਕ ਚੀਜ਼ ਜਿੰਨੇ ਵੀ ਕੀਤੀ ਹੈ ਭਾਵੇਂ ਮਾੜਾ ਜਿਹਾ ਰੋਲ ਹੁੰਦਾ ਉਹ ਲੀਡ ਕਰਦਾ ਕਿਸੇ ਨੂੰ, ਹੈ ਨਾ। ਚਾਦਰ ਕੁੜਤਾ ਪਾ ਕੇ ਛਾਤੀ ਚੌੜੀ ਤਾਪਦੇ ਆਪ ਹੋ ਜਾਂਦੇ ਜਦੋਂ ਬੰਦਾ ਪੂਰਾ ਠੇਠ ਥੱਲੇ ਚਾਦਰਾ ਥੱਲੇ ਖੋਸਾ ਪਾਇਆ, ਖੋਸਾ ਖੁਸਾ ਪਾ ਕੇ ਰੱਖਿਆ, ਫਿਰ ਪੂਰਾ ਚਾਦਰਾ ਚਾਦਰਾ ਚੱਲਿਆ ਪੂਰਾ। ਹਾਂਜੀ, ਅਤੇ ਖੋਸਾ ਕੀ ਹੁੰਦਾ? ਜਿਹੜੀ ਜੁੱਤੀ ਨੂੰ ਨਾ ਇੱਕ ਖੋਸਾ ਵੀ ਹੁੰਦਾ, ਇੱਕ ਜੁੱਤੀ ਹੁੰਦੀ ਇੱਕ ਖੋਸਾ ਹੁੰਦਾ, ਫਾਜ਼ਿਲਕਾ ਤੁਹਾਨੂੰ ਮਿਲ ਜਾਣਗੀਆਂ। ਅੱਛਾ, ਮੈਨੂੰ ਸਹੀ, ਮੈਨੂੰ ਆਹੀ ਚੀਜ਼ਾਂ ਦਾ ਨਹੀਂ ਚੰਗੀਆਂ ਲੱਗਦੀਆਂ, ਨਵੀਆਂ ਕੁਝ ਸਿੱਖਣ ਨੂੰ ਮਿਲਦਾ ਮੈਨੂੰ, ਨਾਲੇ ਮੈਨੂੰ ਇਹ ਨਹੀਂ ਕਿ ਮੈਨੂੰ ਪਤਾ ਨਹੀਂ, ਮੈਂ ਤਾਂ ਪੁੱਛ ਲੈਣਾ ਹੁੰਦਾ ਵਾ। ਮਾਨ ਸਾਹਿਬ ਵੀ ਗੁਰਦਾਸ ਮਾਨ ਵੀ ਖੋਸੇ ਦੀ ਵਰਤੋਂ ਕਰਦੇ ਨੇ, ਮਤਲਬ ਇੱਕ ਉਹ ਹੈ ਜੁੱਤੀ ਦਾ ਹਿੱਸਾ ਹੀ ਹੈ, ਉਹਨੂੰ ਖੋਸਾ ਕਿਹਾ ਜਾਂਦਾ। ਠੀਕ ਹੈ ਠੀਕ ਹੈ, ਖੋਸਾ ਹੁਣ ਮੈਨੂੰ ਪਤਾ ਲੱਗ ਗਿਆ, ਹੁਣ ਮੈਂ ਯੂਜ਼ ਕਰਾਂਗਾ। ਅੱਛਾ, ਗੁਰਦਾਸ ਮਾਨ ਸਾਹਿਬ ਕਹਿੰਦੇ ਨੇ ਸਾਰੇ ਬਹੁਤ ਜ਼ਿਆਦਾ ਪੁਰਾਣੇ ਕਲਾਕਾਰ ਚੀਜ਼ਾਂ ਦੀ ਵਰਤੋਂ ਕਰਦੇ ਸੀ। ਅੱਛਾ ਅੱਛਾ, ਕਿਉਂਕਿ ਫਾਜ਼ਿਲਕਾ ਦੀ ਜੁੱਤੀ ਬਹੁਤ ਮਸ਼ਹੂਰ ਹੈਗੀ ਹੈ, ਉੱਥੇ ਅਸੀਂ ਜਾਂਦੇ ਹਾਂ ਨਾ ਅਤੇ ਉੱਥੇ ਕੀ ਹੁੰਦਾ, ਕਲਾਕਾਰਾਂ ਭਜਨ ਮਾਨ ਦੀ ਫੋਟੋ ਲੱਗੀ ਹੁੰਦੀ ਆ, ਗੁਰਦਾਸ ਮਾਨ ਇਸ ਦੁਕਾਨ 'ਤੇ ਆਇਆ, ਜਿਹੜੀ ਦੁਕਾਨ 'ਤੇ ਬੰਦਾ ਕੋਈ ਆ ਗਿਆ ਫਿਰ ਉਹਦੀ ਫੋਟੋ ਲੱਗ ਜਾਂਦੀ ਉੱਥੇ। ਨਾਈਸ ਯਾਰ, ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਤੁਹਾਡੀ ਬੋਲੀ ਬੜੀ ਵਧੀਆ ਲੱਗਦੀ ਹੈ ਮੈਨੂੰ, ਫਾਜ਼ਿਲਕਾ ਦੀ ਬੋਲੀ ਬਹੁਤ ਘੈਂਟ ਹੈ। ਸਾਨੂੰ ਕਈ ਕਹਿ ਰਹੇ ਨੇ ਤੁਸੀਂ ਦੇਸੀ ਬੰਦੇ ਗਏ। ਨਹੀਂ ਨਹੀਂ, ਇਹ ਤਾਂ ਬੜੀ ਪਿਆਰੀ ਬੋਲੀ ਹੈ, ਅਤੇ ਇੱਕ ਨਾ ਕਹਿ ਲਓ ਕਿ ਤੁਹਾਨੂੰ ਨਾ ਡਿਫਰੈਂਟ ਟਾਈਮ 'ਚ ਲੈ ਆਉਂਦੀ ਕਿ ਇੱਦਾਂ ਪਹਿਲਾਂ ਪੰਜਾਬ 'ਚ ਬੋਲਿਆ ਜਾਂਦਾ ਸੀ, ਹੈ ਨਾ, ਕਿ ਲਾਈਕ ਬੜੀ ਵਿੰਟੇਜ ਜੀ ਬੋਲੀ ਆ, ਸੋ ਬੜੀ ਪਿਆਰੀ ਬੋਲੀ ਲੱਗਦੀ ਮੈਨੂੰ, ਬਹੁਤ ਵਧੀਆ ਲੱਗਦੀ ਆ ਉੱਧਰ ਦੀ ਬੋਲੀ। ਵਧੀਆ ਲੱਗਿਆ ਤੁਸੀਂ ਸਾਨੂੰ। ਅਤੇ ਇਸ ਸਿਹਤ ਦਾ ਕੀ ਰਾਜ ਹੈਗਾ ਇਸ ਫਿਟਨੈਸ ਨੂੰ ਲੈ ਕੇ, ਕਿਉਂਕਿ ਨੌਜਵਾਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ, ਕਿਉਂਕਿ ਅੱਜ ਚਲੋ ਕੁਛ ਨੌਜਵਾਨ ਚਾਹੇ ਅਸੀਂ ਇਹ ਨਹੀਂ ਚਾਹੁੰਦੇ ਕੁਝ ਗਲਤ ਰਸਤੇ ਭਟਕੇ ਹੁੰਦੇ ਨੇ, ਪਰ ਜਿਹੜੀ ਸਿਹਤ ਹੈਗੀ ਉਹ ਜ਼ਰੂਰੀ ਹੈਗੀ ਹੈ। ਤੁਹਾਡੀ ਸਿਹਤ ਦਾ ਕੀ ਰਾਜ ਹੈ? ਜਿਮ ਹੈ ਜਾਂ ਨੈਚੁਰਲ ਐਕਸਰਸਾਈਜ਼ ਹੈਗੀ? ਬਿਲਕੁਲ, ਮੈਂ ਜਿਮ ਤਾਂ ਮੇਰਾ ਇੱਕ ਕਹਿ ਲਓ ਕਿ ਰਿਲੀਜਨ ਬਣਿਆ ਹੋਇਆ, ਜਿਮ ਅਤੇ ਆਪਣਾ ਡਾਇਟ। ਸੋ ਡਾਇਟ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਸੋ ਡਾਇਟ ਤੁਹਾਡੀ ਮਾਇਨੇ ਰੱਖਦੀ ਹੈ। ਜਿਮ ਤੁਸੀਂ ਲਾਈ ਜਾਓਗੇ, ਖਾਈ ਤੁਸੀਂ ਜੋ ਮਰਜ਼ੀ ਜਾਓਗੇ, ਫਿਰ ਉਹ ਗੱਲ ਨਹੀਂ ਬਣਨੀ, ਪਰ ਡਾਇਟ ਬਹੁਤ ਜ਼ਰੂਰੀ ਆ। ਐਕਸਰਸਾਈਜ਼, ਵਰਜਿਸ਼ ਕਰਨੀ, ਯੂ ਨੋ, ਇਹ ਬਹੁਤ ਜ਼ਰੂਰੀ ਹੈ ਤੁਹਾਡੇ ਸਰੀਰ ਲਈ, ਬਿਕੋਜ਼ ਹੈਲਥ ਇਜ਼ ਵੈਲਥ। ਪੁਰਾਣੀ ਇਹ ਤਾਂ ਉੱਦਾਂ ਹੀ ਮੈਂ ਪੰਗੇ ਲੈਂਦਾ ਰਹਿੰਦਾ, ਸ਼ੌਂਕ ਸ਼ੂਕ ਤਾਂ ਨਹੀਂ, ਮੈਂ ਆ ਪਹਿਲੀ ਵਾਰੀ ਰੱਖੇ ਆ ਲੰਬੇ ਵਾਲ, ਅਤੇ ਉਹ ਵੀ ਕੈਰੈਕਟਰ ਲਈ ਰੱਖੇ ਆ ਮੈਂ। ਪੰਜਾਬ 'ਚ ਕਿੰਨੇ ਟਾਈਮ ਬਾਅਦ ਆਏ ਹੁਣ? ਮੈਂ ਸਾਲ ਡੇਢ ਕੁ ਸਾਲ ਬਾਅਦ ਆਇਆ, ਉਦੋਂ ਹਾਂਜੀ ਮੈਡਲ ਕੀਤੀ ਸੀ, ਉਦੋਂ ਆਇਆ ਸੀ ਮੈਂ। ਹਾਂਜੀ, ਅਤੇ ਕੀ ਕਹਿਣਾ ਚਾਹੁੰਦੇ ਹੋ ਇਸ ਫਿਲਮ ਬਾਰੇ? ਤੁਸੀਂ ਕਿਰਦਾਰ ਕੀਤਾ 20 ਸਤੰਬਰ ਨੂੰ, ਤੁਸੀਂ ਵੱਡੇ ਪਰਦੇ 'ਤੇ ਆ ਰਹੇ ਹੋ, ਚਲੋ ਤੁਸੀਂ ਤਾਂ ਪਹਿਲਾਂ ਵੀ, ਪਰ ਇਸ ਫਿਲਮ 'ਚ ਜਿਹੜਾ ਤੁਹਾਡਾ ਕਿਰਦਾਰ ਹੈਗਾ ਹਰ ਕੋਈ ਇੰਤਜ਼ਾਰ ਕਰ ਰਿਹਾ। ਨਹੀਂ, ਮੈਂ ਤਾਂ ਸਾਰਿਆਂ ਨੂੰ ਇੰਨਾ ਹੀ ਕਹਿਣਾ ਚਾਹੂੰਗਾ ਕਿ ਬਹੁਤ ਮਿਹਰਬਾਨੀ ਤੁਹਾਡਾ, ਇੰਨਾ ਪਿਆਰ ਦੇਖ ਕੇ, ਹਜੇ ਟ੍ਰੇਲਰ ਲਈ ਇੰਨਾ ਕੁਛ ਆ, ਹਾਈਪ ਬਣ ਗਈ ਹੈ, ਅਤੇ ਜੋ 20 ਤਰੀਕ ਨੂੰ ਗਾ ਪੈਣਾ ਉਹ ਤਾਂ ਯੂ ਨੋ ਸਿਰ ਮੱਥੇ ਆ। ਸੋ ਬੜਾ ਮਾਣ ਹੁੰਦਾ ਮੈਂ ਇਸ ਵੱਡੇ ਪ੍ਰੋਜੈਕਟ ਨਾਲ ਜੁੜਿਆ ਵਾਂ, ਅਤੇ ਬਸ ਤੁਹਾਡੇ ਹੁਲਾਰੇ ਦੀ ਲੋੜ ਹੈ 20 ਤਰੀਕ ਨੂੰ, ਅਤੇ ਉਦੋਂ ਮਿਲਦੇ ਹਾਂ। ਡਾਇਲੋਗ ਜ਼ਰੂਰ, ਕੀ ਲੈਣ ਆਇਆ? ਕੀ ਲੈਣਾ? ਉਹ ਕਿਹੜਾ ਕਿ ਪੱਗ ਲੈਣ, ਕੀ ਲੈਣਾ? ਬੱਬੂ ਮਾਨ ਦਾ ਤੁਹਾਡੇ ਡਾਇਲੋਗ ਹੈਗਾ, ਕਹਿੰਦੇ ਪੱਗ ਲੈਣ ਆਇਆ, ਕਿ ਲੜਾਂਡਰ ਤੇ ਡਾਇਲੋਗ ਨਹੀਂ ਹੈਗਾ, ਸ਼ਾਇਦ ਮੈਂ ਗਲਤ ਡਾਇਲੋਗ ਬੋਲਤਾ ਇੱਥੇ। ਕੀ ਨਹੀਂ, ਉਹ ਇੱਥੇ ਕੀ ਲੈਣਾ ਉਹ ਜਦੋਂ ਕੰਫਰੰਟੇਸ਼ਨ ਦੀ ਉਦੋਂ ਹੁੰਦਾ, ਜਿਹੜਾ ਉਹ ਖੀਰਲਾ ਵਾਲਾ ਉਹ ਦੂਜਾ, ਉਹ ਮਹਿਤੀ ਵਾਲਾ। ਇੱਕ ਡਾਇਲੋਗ ਸੁਣਾ ਦਿਓ ਕੋਈ ਵੀ। ਕੀ ਲੈਣਾ ਆ? ਇੱਥੇ ਕੀ ਲੈਣਾ? ਮਾਈਕ ਲੈ ਕੇ ਐਵੇਂ ਦੱਸ। ਬਿਲਕੁਲ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜੋ ਪਾਣੀ ਅੱਜ ਪਤਣੋਂ ਲੰਘ ਗਿਆ, ਉਹਨੇ ਫੇਰ ਨਹੀਂ ਆਉਣਾ ਭਲਕੇ। ਬੜਾ ਵਧੀਆ ਲੱਗਿਆ ਜਦੋਂ ਵੀਰ ਜੀ ਨੇ ਦੱਸਿਆ ਕਿ ਸੁੱਚੇ ਦਾ ਰੋਲ ਕਰਨਾ ਵਾ ਬੱਬੂ ਵੀਰ ਨੇ, ਅਤੇ ਮੈਂ ਵੀ ਕਿਆ ਬਾਤ ਆ, ਜਿੰਨਾ ਉਹਨਾਂ ਨੇ ਇੱਕ ਆਪਣਾ ਆਪਣ ਦਿਖਾਇਆ
ਸੈੱਟ 'ਤੇ ਲਾਈਕ ਮੈਂ ਅਜੇ ਤੱਕ ਐਕਸਪੀਰੀਅੰਸ ਨਹੀਂ ਕੀਤਾ ਪੰਜਾਬ ਫੇਮ ਦਾ ਨਹੀਂ ਮੈਨੂੰ ਕੋਈ ਹੈਗਾ ਇੰਨਾ ਮੈਨੂੰ ਇਹ ਆ ਕਿ ਮੈਨੂੰ ਆਪਣਾ ਐਕਟਿੰਗ ਦਾ ਸ਼ੌਂਕ ਆ ਮੈਂ ਸਿਰਫ ਇੱਕ ਐਕਟਰ ਹਾਂ ਬਹੁਤ ਵਧੀਆ ਕਲਾ ਪਈ ਆਪਣੇ ਪੰਜਾਬ ਦੇ ਵਿੱਚ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਪਰ ਆਪਾਂ ਨੂੰ ਕਾਸਟ ਕਰਨੇ ਚਾਹੀਦੇ ਉਹ ਮੁੰਡੇ ਕਿ ਜਿਹੜੇ ਕਰ ਸਕਦੇ ਆ ਚੀਜ਼ਾਂ ਜਸਟਿਸ ਕਰਨਾ ਚਾਹੁੰਦਾ ਮੈਂ ਸਿਨੇਮੇ ਦੇ ਨਾਲ ਮੈਂ ਇੱਕ ਆਰਟਿਸਟ ਹਾਂ ਮੈਨੂੰ ਪੋਲੀਟਿਕਸ ਨਾਲ ਨਹੀਂ ਕੋਈ ਨਾ ਮੈਂ ਉਹਦੀ ਕਦੀ ਗੱਲ ਕਰਨੀ ਹੈ ਜ਼ਿੰਦਗੀ ਦੇ ਵਿੱਚ ਮੈਨੂੰ ਇਹ ਕਿ ਮੈਂ ਆਪਣੀ ਆਰਟ ਕ੍ਰੀਏਟ ਕਰਨੀ ਹੈ ਮੈਂ ਉਹਦੇ ਲਈ ਬਣਿਆ ਵਾਂ ਅਤੇ ਮੈਂ ਉਹਦੇ ਲਈ ਇੱਥੇ ਆਇਆ